ਆਪਣੀ ਚੁੰਨੀ ਦੇ ਨਾਲ ਮੂੰਹ ਲੁਕੋ ਕੇ ਬੈਠੀ ਇਹ ਔਰਤ ਚਿੱਟੇ ਵਾਲੀ ਭਾਬੀ ਹੈ। ਉਂਝ ਤਾਂ ਇਸਦਾ ਨਾਮ ਪਰਮਜੀਤ ਕੌਰ ਹੈ, ਪਰ ਇਸਦੇ ਕੰਮ ਅਜਿਹੇ ਨੇ ਜਿਸ ਕਰਕੇ ਇਹ ਚਿੱਟੇ ਵਾਲੀ ਭਾਬੀ ਦੇ ਵਜੋਂ ਮਸ਼ਹੂਰ ਹੋ ਗਈ। ਸੋਸ਼ਲ ਮੀਡੀਆ ਤੇ ਇਸਦੀ ਖੂਬ ਚਰਚਾ ਵੀ ਹੁੰਦੀ ਹੈ। ਤਾਂ ਪੁਲਿਸ ਦੇ ਵੱਲੋਂ ਪੂਰਾ ਪਲਾਨ ਬਣਾ ਕੇ ਇਸ ਔਰਤ ਨੂੰ ਤੇ ਇਸਦੇ ਸਾਥੀ ਨੂੰ ਕਾਬੂ ਕੀਤਾ ਗਿਆ। ਦੋਵੇਂ ਜਾਣੇ ਬਾਈਕ ਤੇ ਸਵਾਰ ਹੋ ਕੇ ਚਿੱਟੇ ਦੀ ਸਪਲਾਈ ਕਰਨ ਦੇ ਲਈ ਜਾ ਰਹੇ ਸੀ। ਪੁਲਿਸ ਨੂੰ ਸ਼ੱਕ ਪਿਆ ਤਾਂ ਉਹਨਾਂ ਨੇ ਰੋਕ ਕੇ ਇਹਨਾਂ ਦੀ ਤਲਾਸ਼ੀ ਲਈ। ਇਹਨਾਂ ਦੇ ਕੋਲੋਂ 7 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਖੰਨਾ ਦੀ ਦੁਰਾਹਾ ਪੁਲਿਸ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ। ਸ਼ੱਕ ਪੈਣ ਤੇ ਜਦੋਂ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਤਾਂ ਤਲਾਸ਼ੀ ਮੌਕੇ 7 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਿਸ ਨੇ ਇਹਨਾਂ ਤੇ NDPS ਐਕਟ ਦੇ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ। ਕੁਝ ਸਮਾਂ ਪਹਿਲਾਂ ਚਿੱਟੇ ਵਾਲੀ ਭਾਬੀ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਸਦੀ ਚਰਚਾ ਹੋਈ ਸੀ। ਸ਼ਹਿਰ ਦੀ ਸਮਾਜ ਸੇਵੀ ਗੁਰਜੋਤ ਕੌਰ ਮਾਂਗਟ ਨੇ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਇਸ ਔਰਤ ਦੇ ਕਿਸਦੇ ਨਾਲ ਸੰਬੰਧ ਨੇ, ਕਿੱਥੋਂ ਚਿੱਟਾ ਲੈ ਕੇ ਆਉਂਦੀ ਸੀ ਤੇ ਕਿੱਥੇ ਵੇਚਦੀ ਸੀ, ਔਰ ਇਸ ਮਾਮਲੇ ਦੇ ਨਾਲ ਕਿਹੜੇ ਲੋਕ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜੇ ਹੋਏ ਨੇ। ਇਹਨਾਂ ਸਾਰਿਆਂ ਨੂੰ ਬੇਨਕਾਬ ਕਰਨਾ ਚਾਹੀਦਾ ਹੈ। ਤਾਂ ਖੰਨਾ ਦੀ ਦੁਰਾਹਾ ਪੁਲਿਸ ਦੇ ਵੱਲੋਂ ਚਿੱਟੇ ਵਾਲੀ ਭਾਬੀ ਨੂੰ ਗ੍ਰਿਫਤਾਰ ਕੀਤਾ ਗਿਆ। ਲਿਹਾਜ਼ਾ ਪੁੱਛ ਪੜਤਾਲ ਹੋਵੇਗੀ ਉਹ ਕਿਹੜੇ ਲੋਕ ਨੇ ਜੋ ਨਸ਼ੇ ਦੀ ਸਪਲਾਈ ਕਰਦੇ ਨੇ, ਕਿੱਥੋਂ ਇਹ ਨਸ਼ਾ ਲੈ ਕੇ ਆਉਂਦੇ ਸੀ। ਪੁਲਿਸ ਨੂੰ ਪੁੱਛਗਿੱਛ ਮੌਕੇ ਹੋਰ ਵੀ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ। ਮੈਂ ਇਸ ਮਾਮਲੇ ਨੂੰ ਇਹ ਕਹਿਣਾ ਚਾਹੁੰਦੀ ਹਾਂ ਵੀ ਇਹ ਪੁਲਿਸ ਦੀ ਬਹੁਤ ਵਧੀਆ ਗੱਲ ਆ। ਚਲੋ ਅਸੀਂ ਕਾਫੀ ਟਾਈਮ ਹੋ ਗਿਆ ਸੀ ਇਸ ਚੀਜ਼ ਦੇ ਪਿੱਛੇ ਆਵਾਜ਼ ਉਠਾਈ ਜਾਂਦੀ ਸੀਗੀ ਤੇ ਇੱਕ ਪਿੱਛੇ ਜੇ ਡੈਥ ਵੀ ਹੋ ਗਈ ਸੀਗੀ ਤੇ ਉਹਦੇ ਕਰਕੇ ਬਹੁਤ ਦੁੱਖ ਹੋਇਆ ਸੀ ਉਸ ਪਰਿਵਾਰ ਦਾ। ਚਲੋ ਅੱਜ ਉਹ ਫੜੀ ਗਈ ਆ ਤਾਂ ਚੰਗੀ ਗੱਲ ਆ ਜੀ। ਵੀਰ ਜੀ ਇੰਨਾ ਤਾਂ ਨਹੀਂ ਜਲਦੀ ਹੋ ਸਕਦਾ, ਚਲੋ ਇਹ ਤਾਂ ਇੱਕ ਮੋਹਰੇ ਨੇ ਜੀ, ਬਲੀ ਮਗਰਮੱਛ ਤਾਂ ਅਸਲੀ ਹੋਰ ਵੀ ਬਥੇਰੇ ਬੈਠੇ ਨੇ, ਠੀਕ ਹੈ ਨਾ। ਚਲੋ ਇਹਦੇ ਨਾਲ ਇਹ ਤਾਂ ਹੈ ਕੁਛ ਨਾ ਕੁਛ ਤਾਂ ਫਰਕ ਪਊਗਾ ਜੀ। ਅੱਜ ਰਾਤ ਮੈਂ ਸਵੇਰ ਪੁਲਿਸ ਪਾਰਟੀ ਦੇ ਦਰਹਾ ਚੌਕੀ ਨੇੜੇ ਦਰਾਨੇ ਗਸਤ ਮੌਜੂਦ ਸੀ ਤਾਂ ਇੱਕ ਮੋਟਰਸਾਈਕਲ ਚਾਲਕ, ਉਸਦੇ ਮਗਰ ਇੱਕ ਲੇਡੀ ਬੈਠੀ ਸੀ, ਜੋ ਆਏ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਨੂੰ ਮੋੜਨ ਲੱਗੇ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ। ਜਿਹੜਾ ਲੇਡੀਜ਼ ਹੈ ਉਹਦਾ ਨਾਂ ਪਰਮਜੀਤ ਕੌਰ ਪੀਤੀ, ਪਤਨੀ ਮਨਪ੍ਰੀਤ ਸਿੰਘ ਮੰਨੂ, ਇੱਕ ਦਰਾਹੇ ਦਾ ਨੌਜਵਾਨ ਨਾਲ ਲੇਡੀ ਦੇ ਸੀਗਾ, ਉਹਨਾਂ ਦੋਨਾਂ ਨੂੰ ਕਾਬੂ ਕੀਤਾ ਹੈਗਾ। ਕਾਬੂ ਕਰਕੇ ਉਹਨਾਂ ਬਸ ਨਸ਼ੀਲਾ ਪਾਊਡਰ ਬਰਾਮਦ ਕੀਤਾ, ਨਸ਼ੀਲਾ ਪਾਊਡਰ ਬਰਾਮਦ ਕੀਤਾ ਜੋ 7 ਗ੍ਰਾਮ ਹੈ। ਤਫਤੀਸ਼ ਚੱਲਦੀ ਆ, ਤਫਤੀਸ਼ ਦੌਰਾਨ ਅੱਗੇ ਪਤਾ ਕੀਤਾ ਜਾਵੇਗਾ। ਸਰ ਆਪਣੀ ਚੁੰਨੀ ਦੇ ਨਾਲ ਮੂੰਹ ਲੁਕੋ ਕੇ ਬੈਠੀ ਇਹ ਔਰਤ ਚਿੱਟੇ ਵਾਲੀ ਭਾਬੀ ਹੈ। ਉਂਝ ਤਾਂ ਇਸਦਾ ਨਾਮ ਪਰਮਜੀਤ ਕੌਰ ਹੈ, ਪਰ ਇਸਦੇ ਕੰਮ ਅਜਿਹੇ ਨੇ ਜਿਸ ਕਰਕੇ ਇਹ ਚਿੱਟੇ ਵਾਲੀ ਭਾਬੀ ਦੇ ਵਜੋਂ ਮਸ਼ਹੂਰ ਹੋ ਗਈ। ਸੋਸ਼ਲ ਮੀਡੀਆ ਤੇ ਇਸਦੀ ਖੂਬ ਚਰਚਾ ਵੀ ਹੁੰਦੀ ਹੈ। ਤਾਂ ਪੁਲਿਸ ਦੇ ਵੱਲੋਂ ਪੂਰਾ ਪਲਾਨ ਬਣਾ ਕੇ ਇਸ ਔਰਤ ਨੂੰ ਤੇ ਇਸਦੇ ਸਾਥੀ ਨੂੰ ਕਾਬੂ ਕੀਤਾ ਗਿਆ। ਦੋਵੇਂ ਜਾਣੇ ਬਾਈਕ ਤੇ ਸਵਾਰ ਹੋ ਕੇ ਚਿੱਟੇ ਦੀ ਸਪਲਾਈ ਕਰਨ ਦੇ ਲਈ ਜਾ ਰਹੇ ਸੀ। ਪੁਲਿਸ ਨੂੰ ਸ਼ੱਕ ਪਿਆ ਤਾਂ ਉਹਨਾਂ ਨੇ ਰੋਕ ਕੇ ਇਹਨਾਂ ਦੀ ਤਲਾਸ਼ੀ ਲਈ। ਇਹਨਾਂ ਦੇ ਕੋਲੋਂ 7 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਖੰਨਾ ਦੀ ਦੁਰਾਹਾ ਪੁਲਿਸ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ। ਸ਼ੱਕ ਪੈਣ ਤੇ ਜਦੋਂ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਤਾਂ ਤਲਾਸ਼ੀ ਮੌਕੇ 7 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਿਸ ਨੇ ਇਹਨਾਂ ਤੇ NDPS ਐਕਟ ਦੇ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ। ਕੁਝ ਸਮਾਂ ਪਹਿਲਾਂ ਚਿੱਟੇ ਵਾਲੀ ਭਾਬੀ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਸਦੀ ਚਰਚਾ ਹੋਈ ਸੀ। ਸ਼ਹਿਰ ਦੀ ਸਮਾਜ ਸੇਵੀ ਗੁਰਜੋਤ ਕੌਰ ਮਾਂਗਟ ਨੇ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਇਸ ਔਰਤ ਦੇ
ਕਿਸ ਦੇ ਨਾਲ ਸੰਬੰਧ ਨੇ, ਕਿੱਥੋਂ ਚਿੱਟਾ ਲੈ ਕੇ ਆਉਂਦੀ ਸੀ ਤੇ ਕਿੱਥੇ ਵੇਚਦੀ ਸੀ, ਔਰ ਇਸ ਮਾਮਲੇ ਦੇ ਨਾਲ ਕਿਹੜੇ ਲੋਕ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜੇ ਹੋਏ ਨੇ। ਇਹਨਾਂ ਸਾਰਿਆਂ ਨੂੰ ਬੇਨਕਾਬ ਕਰਨਾ ਚਾਹੀਦਾ ਹੈ। ਤਾਂ ਖੰਨਾ ਦੀ ਦੁਰਾਹਾ ਪੁਲਿਸ ਦੇ ਵੱਲੋਂ ਚਿੱਟੇ ਵਾਲੀ ਭਾਬੀ ਨੂੰ ਗ੍ਰਿਫਤਾਰ ਕੀਤਾ ਗਿਆ, ਲਿਹਾਜ਼ਾ ਪੁੱਛ ਪੜਤਾਲ ਹੋਵੇਗੀ। ਉਹ ਕਿਹੜੇ ਲੋਕ ਨੇ ਜੋ ਨਸ਼ੇ ਦੀ ਸਪਲਾਈ ਕਰਦੇ ਨੇ, ਕਿੱਥੋਂ ਇਹ ਨਸ਼ਾ ਲੈ ਕੇ ਆਉਂਦੇ ਸੀ, ਪੁਲਿਸ ਨੂੰ ਪੁੱਛਗਿੱਛ ਮੌਕੇ ਹੋਰ ਵੀ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ। ਮੈਂ ਇਸ ਮਾਮਲੇ ਨੂੰ ਇਹ ਕਹਿਣਾ ਚਾਹੁੰਦੀ ਹਾਂ ਵੀ ਇਹ ਪੁਲਿਸ ਦੀ ਬਹੁਤ ਵਧੀਆ ਗੱਲ ਆ। ਚਲੋ ਅਸੀਂ ਕਾਫੀ ਟਾਈਮ ਹੋ ਗਿਆ ਸੀ ਇਸ ਚੀਜ਼ ਦੇ ਪਿੱਛੇ ਆਵਾਜ਼ ਉਠਾਈ ਜਾਂਦੀ ਸੀਗੀ, ਤੇ ਇੱਕ ਪਿੱਛੇ ਜੇ ਡੈਥ ਵੀ ਹੋ ਗਈ ਸੀਗੀ, ਤੇ ਉਹਦੇ ਕਰਕੇ ਬਹੁਤ ਦੁੱਖ ਹੋਇਆ ਸੀ ਉਸ ਪਰਿਵਾਰ ਦਾ। ਚਲੋ ਅੱਜ ਉਹ ਫੜੀ ਗਈ ਆ ਤਾਂ ਚੰਗੀ ਗੱਲ ਆ ਜੀ। ਵੀਰ ਜੀ, ਇੰਨਾ ਤਾਂ ਨਹੀਂ ਜਲਦੀ ਹੋ ਸਕਦਾ, ਚਲੋ ਇਹ ਤਾਂ ਇੱਕ ਮੋਹਰੇ ਨੇ ਜੀ, ਬਲੀ ਮਗਰਮੱਛ ਤਾਂ ਅਸਲੀ ਹੋਰ ਵੀ ਬਥੇਰੇ ਬੈਠੇ ਨੇ, ਠੀਕ ਹੈ ਨਾ। ਚਲੋ ਇਹਦੇ ਨਾਲ ਇਹ ਤਾਂ ਹੈ, ਕੁਛ ਨਾ ਕੁਛ ਤਾਂ ਫਰਕ ਪਊਗਾ ਜੀ। ਅੱਜ ਰਾਤ ਮੈਂ ਸਵੇਰ ਪੁਲਿਸ ਪਾਰਟੀ ਦੇ ਦਰਹਾ ਚੌਕੀ ਨੇੜੇ ਦਰਾਨੇ ਗਸਤ ਮੌਜੂਦ ਸੀ, ਤਾਂ ਇੱਕ ਮੋਟਰਸਾਈਕਲ ਚਾਲਕ, ਉਸਦੇ ਮਗਰ ਇੱਕ ਲੇਡੀ ਬੈਠੀ ਸੀ, ਜੋ ਆਏ ਉਹ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਨੂੰ ਮੋੜਨ ਲੱਗੇ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ। ਜਿਹੜਾ ਲੇਡੀਜ਼ ਹੈ ਉਹਦਾ ਨਾਂ ਪਰਮਜੀਤ ਕੌਰ ਪੀਤੀ, ਪਤਨੀ ਮਨਪ੍ਰੀਤ ਸਿੰਘ ਮੰਨੂ, ਇੱਕ ਦਰਾਹੇ ਦਾ ਨੌਜਵਾਨ ਨਾਲ ਉਹ ਲੇਡੀ ਦੇ ਸੀਗਾ, ਉਹਨਾਂ ਦੋਨਾਂ ਨੂੰ ਕਾਬੂ ਕੀਤਾ ਹੈਗਾ। ਕਾਬੂ ਕਰਕੇ ਉਹਨਾਂ ਵਾਪਸ ਨਸ਼ੀਲਾ ਪਾਊਡਰ ਬਰਾਮਦ ਕੀਤਾ, ਨਸ਼ੀਲਾ ਪਾਊਡਰ ਬਰਾਮਦ ਕੀਤਾ ਜੋ 7 ਗ੍ਰਾਮ ਹੈ। ਤਫਤੀਸ਼ ਚੱਲਦੀ ਆ, ਤਫਤੀਸ਼ ਦੌਰਾਨ ਅੱਗੇ ਪਤਾ ਕੀਤਾ ਜਾਵੇਗਾ ਸਰ।